ਨਾਲੇ ਸ਼ਬਾਨਾ ਸ਼ਬਾਨਾ ਤੁਹਾਡੇ ਘਰ ਦੇ ਪਿੱਛੇ ਕੋ ਕਬਰਸਤਾਨ ਹੈ? ਨਹੀਂ ਨਹੀਂ, ਕਿਉਂ ਕੀ ਹੋਇਆ? ਇਹ ਲਾਸ਼ ਕਿੱਥੋਂ ਨਿਕਲ ਆਈ? ਤੁਸੀਂ ਗੱਲਾਂ ਕਰੋ, ਮੈਂ ਤੇ ਨਾਲ ਦੇ ਕਬਰ ਵਾਲੇ ਦੀਆਂ ਸੀਟਾਂ ਲੈਣ ਆਇਆ। ਕੌਣ ਹੈ ਮੁੰਡਿਆ ਤੂੰ? ਇਹ ਮੇਰੀ ਭੈਣ ਹੈ। ਹੋ ਜੇ ਤੂੰ ਚਾਹੁੰਦਾ ਰਵਾਂ ਤੇਰੇ ਨਾਲ ਤੇ ਅਗ ਨੂੰ ਟਾਨੂ ਲਾ ਦੇ। ਮੇਰੇ ਕੋਲ ਠੀਪੇ ਆ। ਹਜੇ ਤੂੰ ਚਾਹੁੰਦਾ ਰਵਾਂ ਤੇਰੇ ਨਾਲ ਤੇ ਅਗ ਨੂੰ ਟਾਨੂ ਲਾ ਦੇ। ਹੋ ਤੈਨੂੰ ਆ ਕੇ ਤੇ ਕੀਤਾ ਸਵਾਲ, ਓਏ ਮੇਰਾ ਰਿਸ਼ਤਾ ਕਰਾ ਦੇ। ਹਰ ਸ਼ਕਲੋਂ ਨੀ ਲੱਗਦਾ ਤੂੰ ਇਹੋ ਜਿਹਾ ਮੈਨੂੰ ਏ, ਕਿਹੜੀ ਮਜਬੂਰੀ ਲਾਇਆ ਇਸ ਕੰਮ ਤੈਨੂੰ ਏ। ਬਈ ਬੱਚੀਆਂ ਨੂੰ ਬਾ ਕੇ ਇੱਥੇ ਗਾਣੇ ਤੂੰ ਸਹਾਨਾ ਏ, ਓਏ ਤੇ ਦੱਸ ਰੋਜ਼ ਦੇ ਤੂੰ ਕਿੰਨੇ ਕੁ ਕਮਾਉਣਾ ਏ। 500 ਕੇ ਹਜ਼ਾਰੇ ਜੋ ਵੀ ਦੱਸੇ ਤੂੰ ਬਾਰੇ, ਤੈਨੂੰ ਲੈ ਕੇ ਦੇਵਾਂਗਾ ਟੂਡੀ ਕਾਰ, ਓਏ ਮੇਰਾ ਰਿਸ਼ਤਾ ਕਰ। ਓਏ ਸਮਝ ਜਾ ਚਾਹੁੰਦਾ ਕੀ ਹੈ ਤੂੰ? ਹੋਏ ਇਸ ਗੱਲ ਦੀ ਅੱਜ ਪਾਈ ਏ ਦੁਹਾਈ, ਮੈਂ ਨੀ ਬਣ ਜਾਵਾਂ ਕਦੀ ਇਸ ਘਰ ਦਾ ਜਵਾਈ। ਮੈਂ ਬਹਿ ਕੇ ਗੱਲ ਕਰ ਫਿਰ। ਹੋ ਲਾੜਾ ਬਣ ਕੇ ਤੇ ਜਦੋਂ ਤੇਰੇ ਘਰ ਆਵਾਂਗਾ, ਬਈ ਸੁਬਾ ਸੁਬਾ ਉੱਠ ਕੇ ਤੇ ਮਿੱਠੇ ਚੌਲ ਖਾਵਾਂਗਾ। ਆਵੀਂ ਤੂੰ ਸਵੇਰੇ ਆਵੀਂ ਵੇ, ਬੂਆ ਤੂੰ ਖੜਕਾਵੀਂ ਵੇ, ਅਸਾਂ ਆਉਣਾ ਨਹੀਂ ਅੰਦਰੋਂ ਬਾਹਰ, ਓਏ ਮੇਰਾ ਰਿਸ਼ਤਾ। ਕੁਛ ਤੇ ਸ਼ਰਮ ਕਰ। ਛੇਤੀ ਨਾਲ ਦੱਸ ਕਾਕਾ ਗੱਲ ਤੈਨੂੰ ਕੀ ਏ, ਉਹ ਮਾੜੇ ਜੇ ਪਿਓ ਦੀ ਏ ਕੱਲੀ ਕੱਲੀ ਧੀ ਏ, ਬੱਟੇ ਦਾ ਇੱਥੇ ਰਿਵਾਜ ਵੇ। ਹਾਏ ਬੱਟੇ ਦਾ ਇੱਥੇ ਰਿਵਾਜ ਵੇ, ਗੱਲ ਦਾ ਦੇ ਜਵਾਬ ਵੇ, ਲੈ ਜਾ ਇੱਕ ਤੇ ਦੇ ਜਾ ਸਾਨੂੰ ਚਾਰ। ਜੇ ਚਾਰ ਤੇਰੇ ਲਈ ਵੀ ਲਿਆਉਂਦਾ ਮੈਂ, ਅੱਲਾ ਦਿਸੋ ਤੇਰੇ ਕੋਲੋਂ ਇੱਕ ਨਾ ਲੁਕਾਉਂਦਾ ਮੈਂ। ਮੰਨ ਲੈ ਮੇਰੀ ਯਾਰ ਤੂੰ ਕਰਨਾ ਇਨਕਾਰ, ਤੂੰ ਮਾਮਾ ਬਣੇਗਾ ਹਰ ਸਾਲ। ਓਏ ਕਾਕਾ, ਉਹ ਰਿਸ਼ਤਾ ਬਾਅਦ ਚ ਕਰਾਂਗੇ, ਪਹਿਲਾਂ ਕੇਸਟ ਕਰਾ ਆਈਏ। ਭਾਈ ਜਾਨ, ਹਾਂਜੀ, ਮੈਂ ਤੁਹਾਡੀ ਭੈਣ ਨਾਲ ਅਕਤ ਕਰਨਾ ਚਾਹੁੰਦਾ। ਯਾਨੀ ਕਿ ਤੂੰ ਰਿਸ਼ਤਾ ਲੈਣ ਆਇਆ? ਨਿਕਾਹ ਕਰਨਾ ਚਾਹੁੰਦਾ ਇਹਦੇ ਨਾਲ ਮੈਂ। ਰਿਸ਼ਤਾ ਲੈਣਾ? ਰਿਸ਼ਤਾ ਲੈਣਾ। ਅੱਜ ਲੈਣਾ ਹੀ ਭਾਂਡਾ ਲਿਆ। ਤੁਸੀਂ ਸ਼ਾਪਰ ਚ ਪਾ ਦਿਓ, ਮੋਟਰਸਾਈਕਲ ਲੈ ਆਇਆ, ਮੈਂ ਡੰਡੇ ਨਾਲ ਟੰਗ ਕੇ ਲੈ ਜਾਵਾਂਗਾ। ਇਹ ਰਿਸ਼ਤਾ ਕਿ ਚੌਲ ਆ? ਜੋ ਵੀ ਹੈ ਮੈਨੂੰ ਲੈ ਦਿਓ, ਅੱਲਾ ਦਾ ਵਾਸਤਾ। ਜੇ ਦੇਖੋ ਤਾਂ ਸਹੀ, ਉਹਦੇ ਤੇ ਵਾਲਾਂ ਚ ਕੰਘੀ ਫੇਰਨ ਵਾਸਤੇ ਬੰਦਾ ਕੋਈ ਨਹੀਂ। ਫਜ਼ੂਲ ਗੱਲਾਂ ਦਾ ਘਰ ਜਾ ਨਹੀਂ ਹੋਣਾ ਚਾਹੀਦਾ ਨਾ, ਜਾ ਕੇ ਕਿਸੇ ਵੱਡੇ ਨੂੰ ਕਹੇ। ਵੱਡਾ ਕੋਈ ਨਹੀਂ, ਮੇਰਾ ਨਾ ਤਾਂ ਵੱਡਾ ਨਾ ਛੋਟਾ ਭਾਏ। ਤੂੰ ਬਰਾਬਰ ਦਾ ਲਾਇਆ ਜਾ, ਉਹ ਨਾ ਲੱਭੇ ਤਮਾਕੂ ਵਾਲਾ ਲੈ। ਤਮਾਕੂ ਵਾਲਾ ਨਾ ਲਿਆਈ, ਉਹਦੇ ਮੈਂ ਪਹਿਲਾਂ ਵੀ ਪੈਸੇ ਦੇਣੇ ਆ। ਓਕੇ ਓਕੇ ਓਕੇ, ਮੈਂ ਉਹਨਾਂ ਲੋਕਾਂ ਤੋਂ ਓਕੇ। ਕੀ ਹੋ ਰਿਹਾ ਸੀ ਘਰ ਦੇ ਵਿੱਚ? ਮੈਂ ਨਾ, ਮੈਂ ਇਹਦੇ ਨਾਲ ਪਿਆਰ ਕਰਨੀ ਆ। ਉਹ ਕਹਿੰਦਾ ਸੀ ਭੈਣ ਸਾਡੀ ਨੌਕਰੀ ਕਰਦੀ ਹੈ, ਤੇ ਤੂੰ ਇਹਦੇ ਨਾਲ ਪਿਆਰ ਕਰਦੀ? ਨੌਕਰੀ ਆਪਣੀ ਜਗ੍ਹਾ ਤੇ, ਪਿਆਰ ਆਪਣੀ ਜਗ੍ਹਾ ਤੇ, ਭਰਾ ਆਪਣੀ ਜਗ੍ਹਾ ਤੇ। ਹਾਂ ਅੱਛਾ, ਤੂੰ ਆਪਣੇ ਨਾਲ ਗੱਲ ਕਰਦੇ ਪਲੀਜ਼। ਚੱਲ ਠੀਕ ਹੈ, ਜੇ ਤੇਰੀ ਪਸੰਦ ਹੈ ਤੇ ਸਾਡੀ ਵੀ ਪਸੰਦ ਇਹੀ ਹੈ।